ਹਜ਼ਰਤ ਅਬੂ ਤਾਲਿਬ ਗੁਲਾਮ ਆ ਗਿਆ, ਮੈਂ ਵੇਖੋ ਜੀ ਕਮਾਲ ਹੋ ਗਈ, ਸਾਡੇ ਬਾਲਾਂ ਨੂੰ ਮਾਰਿਆ ਨੇ, ਸਾਡੇ ਬਾਲਾਂ ਨੂੰ ਕੁੱਟਿਆ ਨੇ, ਸਾਡੇ ਨਿੱਕੇ ਨਿੱਕੇ ਬਾਲਾਂ ਨੂੰ, ਸਾਡੇ ਨਿੱਕੇ ਮੌਲਾ ਅਬੂ ਤਾਲਿਬ ਫਰਮਾਉਂਦੇ ਨੇ ਅੱਛਾ ਅੱਛਾ ਠੀਕ ਹੈ, ਤੇ ਕੱਲ ਤੇ ਪਰਸੋਂ ਕੀ ਆਈ ਤੁਹਾਨੂੰ? ਦੋ ਦਿਨ ਜਿਹੜਾ ਉਹਨਾਂ ਕੀ ਕੀਤਾ ਹੈ? ਤੂੰ ਤਾਂ ਮੇਰੇ 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 ਮੁਹੰਮਦ ਨੂੰ ਪੱਥਰ ਮਾਰਨ ਮੈਂ ਬੋਲੇ ਹੋ, ਹੁਣ ਤੁਹਾਡੇ ਕਾਫਰਾਂ ਦੇ ਬੱਚਿਆਂ ਦੇ ਮੁਕਾਬਲੇ ਚ ਮੌਲੂ ਦੇ ਕਾਬਾ ਆ ਗਏ, ਤਲ ਕਿਧਰ ਗਏ ਹੋ? ਹੁਣ ਕੱਲ ਵੀ ਭਿਜਿਆ ਉਹਨਾਂ ਕੇ ਸਾਡੀ ਤੋਬਾ ਚਾਲੀ ਤਾਈ ਖਤਮ ਹੋ ਗਈ, ਇਹ ਮੁੱਢ ਬਚ ਗਿਆ ਫਜ਼ਾਇਲ ਅਲੀ ਅਲੈਹਿ ਸਲਾਮ ਦਾ ਵੀ, ਨੁਸਰਤ ਦਾ ਵੀ, ਖਿਲਾਫਤ ਦਾ ਵੀ, ਲੇਕਿਨ ਇਥੋਂ ਮੁੱਢ ਬਣ ਗਿਆ ਅਲੀ ਅਲੈਹਿ ਸਲਾਮ ਦੀ ਦੁਸ਼ਮਣੀ ਦਾ। ਕਿਉਂਕਿ ਮੌਲਾ ਅਲੀ ਅਲੈਹਿ ਸਲਾਮ ਦੇ ਦੁਸ਼ਮਣ ਦੋ ਤਰੀਕੇ ਦੇ, ਇੱਕ ਉਹ ਜਿੰਨਾ ਮੌਲਾ ਅਲੀ ਅਲੈਹਿ ਸਲਾਮ ਦੀ ਤਲਵਾਰ ਤੋਂ ਮਾਰ ਖਾਧੀ ਹੈ, ਇੱਕ ਉਹ ਜਿੰਨਾ ਮੌਲਾ ਅਲੀ ਅਲੈਹਿ ਸਲਾਮ ਦੇ ਫਜ਼ਾਇਲ ਤੋਂ ਮਾਰ ਖਾਧੀ। ਕਈ ਉਹ ਦੁਸ਼ਮਣ ਹਨ ਜਿੰਨਾ ਮੌਲਾ ਅਲੀ ਅਲੈਹਿ ਸਲਾਮ ਦੀ ਤਲਵਾਰ ਤੋਂ ਮਾਰ ਖਾਧੀ ਹੈ, ਤੇ ਕਈ ਉਹ ਹਨ ਜਿੰਨਾ ਮੌਲਾ ਅਲੀ ਅਲੈਹਿ ਸਲਾਮ ਦੇ ਫਜ਼ਾਇਲ ਤੇ ਸਾਰੀਆਂ ਹਦੀਸਾਂ ਇਹਨਾਂ ਦੀ ਸ਼ਾਨ ਹੈ, ਸਾਰੀ ਅਜ਼ਮ ਤਾਂ ਇਹਨਾਂ ਦੀ ਸ਼ਾਨ ਹੈ, ਸਾਰੀਆਂ ਹਦੀਸਾਂ ਇਹਨਾਂ ਦੀ ਸ਼ਾਨ ਹੈ। ਕਿੰਨਾ ਫਜ਼ਾਇਲ ਕਿੰਨਾ ਮਾਰ ਖਾਧੀ ਕਿਸ ਤੋਂ ਜੀ? ਤਲਵਾਰ ਤੋਂ। ਕਿੰਨਾ ਮਾਰ ਖਾਧੀ ਕਿਸ ਤੋਂ ਜੀ? ਫਜ਼ਾਇਲ ਤੋਂ। ਔਰ ਦੁਸ਼ਮਣੀ ਪਨਪਦੀ ਰਹੀ, ਪਨਪਦੀ ਇਸ਼ਾਰਾ ਕਰ ਲੈਣਾ ਹੈ, ਬਹੁਤ ਬੜਾ ਮਜਮੈ ਅੱਜ ਤੋਂ ਮੌਲਾ ਅਲੀ ਦੇ ਸਨ, ਇਹ ਦੁਸ਼ਮਣੀ ਵੱਧਦੀ ਰਹੀ, ਆਖਿਰ ਦੁਨੀਆ ਡਿੱਠਾ ਕਿ ਉਸ ਅਲੀ ਦੇ ਮੁਕਾਬਲੇ ਚ ਉਸਦਾ ਪੁੱਤਰ ਆ ਗਿਆ ਜਿੰਨਾ ਤਲਵਾਰ ਤੋਂ ਮਾਰ ਖਾਧੀ ਆਈ, ਉਸਦੀ ਜੀ ਆ ਗਈ ਜਿੰਨਾ ਫਜ਼ਾਇਲ ਤੋਂ ਮਾਰ ਖਾਧੀ। ਮੁੱਢ ਦੁਸ਼ਮਣੀ ਦਾ ਇੱਥੋਂ ਬਚ ਗਿਆ ਜਿਹੜੀ ਅੱਜ ਤਾਈਂ ਜਾਰੀ ਨਹੀਂ ਆ ਰਹੀ। ਅੱਜ ਦੇ ਸੈਯਦ ਦਾ ਕੀ ਕਸੂਰ ਹੈ? ਮਸਕੀਨ ਸੈਯਦ, ਗਰੀਬ ਸੈਯਦ, ਵਕੀਲ, ਡਾਕਟਰ, ਉਸਤਾਦ, ਪ੍ਰੋਫੈਸਰ ਘਰ ਬੈਠੇ ਨੇ ਕਤਲ ਕਰ ਦਿਓ, ਕਿਉਂ? ਕੀ ਕਸੂਰ? ਸਿਰਫ ਹੀ ਹੋਏ ਨਾ ਬਈ ਸੈਯਦ, ਸੈਯਦ ਤੇ ਔਲਾਦ ਅਲੀ, ਬਹੁਤ ਬੜਾ ਮਜਮੇ ਇਸ ਗੱਲ ਨੂੰ ਜ਼ਿਹਨ ਚ ਅੱਜ ਲੈ ਵਜੇ ਹੈ ਕਿ ਕਿਤਨਾ ਸਬਕ ਦੇ ਦਿੱਤਾ ਗਏ ਕਿ ਮਾਰੋ ਰਸੂਲ ਦੀ ਔਲਾਦ ਨੂੰ, ਸੈਯਦ ਕਤਲ ਕਰ ਦਿਓ, ਜੰਨਤ ਮਿਲ ਸੀ। ਫਿਰ ਉਹ ਚਾਰ ਪੰਜ ਬੰਦੇ ਆਏ ਕੀ ਪੀ ਨਾ ਮੇਰਾ ਅੰਠ, ਬਾਕੀਆਂ ਸੁਣਿਆ ਜ਼ਰੂਰ ਹੈ, ਕਿਉਂ ਵੀ ਕੀ ਸਬਕ ਪਕਾ ਦਿੱਤਾ ਗਿਆ? ਸੈਯਦ ਨੂੰ ਕਤਲ ਕਰ ਦਿਓ, ਅੱਗਾ ਅੰਦਾਜ਼ਾ ਲਾਓ ਮੁਸਲਮਾਨਾਂ ਦਾ ਇਸ ਗੱਲ ਤੇ ਪੱਕੇ ਵੀ ਹੋ ਗਏ। ਇਹ ਵੀ ਸਬਕ ਹੈ ਕਿ ਪਾਕ ਰਸੂਲ ਕਿਆਮਤ ਦੇ ਦਿਹਾੜੇ ਤੁਹਾਨੂੰ ਸੱਦ ਕੇ ਆਖਸੇ, ਸ਼ਾਬਾਸ਼ ਤੂੰ ਕਿਤਨੇ ਸੈਯਦ ਮਾਰੇ, ਤੂੰ ਕਿਤਨੀਆਂ ਸੈਯਦਾਦੀਆਂ ਰੁਆਈਆਂ, ਤੈਂ ਕਿਤਨੀਆਂ ਸੈਯਦਾਦੀਆਂ ਦੇ ਵਾਲ ਖੁਲਾਇਆ, ਕਿਉਂ ਹੈ ਸਬਕ ਹੀ ਹੋ ਕਿ ਨਹੀਂ? ਖੁਦਾ ਤੂੰ ਸਲਾਮਤ ਰੱਖੇ, ਬਸ ਸਾਡੇ ਰੋਣ ਦੇ ਦਿਨ ਹੈ, ਆਜ਼ਾਦਾਰੀ ਹੈ, ਔਰ ਇਹ ਆਜ਼ਾਦਾਰੀ ਹੈ ਮਜ਼ਲੂਮ ਦੀ ਹਿਮਾਇਤ, ਬਸ ਮਜ਼ਲੂਮ ਦੀ ਹਿਮਾਇਤ ਹੈ। ਚਲੋ ਕੱਲੀ ਗਲੀ ਜਾਓ, ਰੋਵੋ, ਬੜਾ ਸੋਹਣਾ ਹਾਲ ਹੀ ਅਕਬਰ, ਬਹੁਤ ਸੋਹਣਾ ਹਾਲ ਇਮਾਮ ਦਾ ਪੁੱਤਰ ਅਲੀ ਅਕਬਰ, ਹਜ਼ਰਤ ਅਲੀ ਅਕਬਰ ਦੀ ਸ਼ਹਾਦਤ ਮੈਂ ਹਕੀਕਤ ਵਿੱਚ ਪੂਰੇ ਸਾਲ ਨਹੀਂ ਪੜ੍ਹਦਾ, ਅਸ਼ਰਾ ਮੁਹਰਮ ਵਿੱਚ ਵੀ ਜਿੱਥੇ ਕੋਈ ਆਖੇ ਤਾਂ ਪੜ੍ਹ, ਔਰ ਅਗਰ ਪੜ੍ਹਾਂ ਤਾਂ ਮੈਨੂੰ ਚਾਰ ਮਿਸਰੇ ਬੜੇ ਪਸੰਦ ਹੈ ਜਿਹਨਾਂ ਸੰਬੰਧ ਸਕਦੇ ਹਾਂ, ਲੇਕਿਨ ਮੈਂ ਉਸਨੂੰ ਮਿਸਰੇ ਕਰਕੇ ਪੜ੍ਹਦਾ, ਔਰ ਬੜੀ ਦੁਆ ਕਰਦਾ ਉਸ ਵਾਸਤੇ ਜਿਸ ਇਹ ਲਿਖੇ, ਕਿਉਂਕਿ ਇਹੋ ਜਿਹੇ ਅਲਫਾਜ਼ ਸੋਚਿਆ ਨਹੀਂ ਆਉਂਦੇ, ਇਲਾਮੀ ਆਉਂਦੇ, ਕਿਉਂ ਆਉਂਦੇ ਜੀ? ਇਲਾਮੀ ਆਉਂਦੇ, ਇੰਨੇ ਨਹੀਂ ਆਉਂਦੇ। ਅਗਰ ਉਹ ਜ਼ਿੰਦੇ ਅੱਲਾਹ ਉਸਦੀ ਜ਼ਿੰਦਗੀ ਦਰਾਜ਼ ਕਰੇ, ਅਗਰ ਉਹ ਦੁਨੀਆਂ ਤੋਂ ਟੁੱਟ ਗਏ ਨਾ, ਤੁਹਾਡਾ ਵੀ ਦਿਲ ਮਨ ਸੀ ਤੇ ਮੇਰੀ ਹਿਮਾਇਤ ਕਰ ਸੋ, ਇਹ ਚਾਰ ਮਿਸਰੇ ਉਹਦੀ ਨਿਜਾਤ ਵਾਸਤੇ ਕਾਫੀ,
اگر تھوڑا دل ہوئے تو پڑھا. بسم اللہ. یوسف نال مثال اکبر دی چاہ دین دے ہن انسان. اصل سارے یاد ہیں, تم یاد ہو ٹھیک ہے نہیں. امام حسین کا یوسف پتر سونا پتر انہیں یاد ہے نا. وہ اس گل نو ہوا دے کہ یوسف نال مثال اکبر دی چاہ دین دے ہن انسان. اتے یوسف ہائی ایک آیت حسن دی علی اکبر کل قرآن. علی اکبر نو ان رون دا کہ جی میں تسا شروع کی. یوسف نال مثال اکبر دی چاہتے دے ہن انسان. یوسف ہائی ایک آیت حسن دی علی اکبر کل قرآن ہے. دو مصرے بڑے دکھی ہیں, امیر بیٹھے ہو, غریب بیٹھے ہو, جوان بیٹھے ہو, بڑھے بیٹھے ہو, ماما بہنا سنی سیا, دو مصرے تے بڑا تھیا. ادے جدا چھکن لگا پھل برسی دا مصرا پڑھ کے میں رک گیا. جدو میری نگاہ جاری میں چہرے ویکھن کہڑے کہڑا بندہ سمجھے. جدا چھکن لگا پھل برسی دا ہے کل مرسل حیران ہے جدے پیو نو ملکل موت آکھے تیرے پتر دا بہو. جدے پیو نو ملکل موت آکھے تیرے پتر دا بہو. جدے پیو نو ملکل موت آکھے تیرے پتر دا بہو. کبھی ملکل موت بھی کسی نہ کہ علی اکبر ضرور قبض کرنا ہے تو اس لیے آخیا حسین تیرے پتر دا بڑا. بہت سونا ہے علی اکبر بیٹا کو دیکھنا ہے. اگر جناب عباس تے علی اکبر رل کے ٹرے نا بندے بازار بند کر سکتے ہیں. چہرے ویدے آتے ہیں انہیں کوئی نیتی تو گزرنے. چھویں امام فرمائیں دیں اگر ستر پیو پتر دی محبت ملائی جائے ایک محبت بن دی یعقوب دی یوسف نام. پتہ نہیں کتنے رن ہیں چھویں امام اگلا جملہ کے جو فرمائیں دیں ستر یعقوب دی یوسف دی محبت ملائی جائے ایک محبت بن دی امام حسین دی علی اکبر نام. راتی اٹھی اٹھی کے ستے ہیں پتر دا منہ چوم دیا بھائی جان. اٹھی اٹھی کے ستے ہیں پتر دا منہ چوم دیا ہے کہ جی علی اکبر دی ماں پوچھیا مولا سارا دیا پتر تانے کول رن دے راتی اٹھ اٹھ کے کیوں چوم دیا. رو کے آدیا اکبر دی ماں میری نبدی نہیں میں پتروں نہ دیکھا میری نبدی نہیں. یہ گلتا ہے زندگی دی اور میں نے ایک دکھی روایت سنا ماں شہادت تو بات کی شہادت تو بات جڑے قابلا کربلا تو شام جا رہے جس ظالم کو علی اکبر دے نیزے علی سان گئی بڑا کوئی سنگ دے لاؤ بڑا سنگ وہ دے میں ویدہ گیا میں ویدہ گیا کہ جتے میں سانگ لے گیا نا علی اکبر دی امام حسین دے سر نے ادائیں ڈٹھے. نوجوان بچوں خیال اور کرے وہ کیا تھا خود کو سارے کہیں دی سانگے کہیں دی علی اکبر کے سر اور جا رہے امام حسین دا سر. وہ تے میں ویدہ رہے ہوں امام حسین کی اکھی کھلیاں علی اکبر نو ویدہ ہیں اتے کچھ فاصلے تے میرے ذہن چ گل آ گئی ویدہ تے علی اکبر وہ ایک بری سانگ اگے لے گیا امام حسین ادائی ڈٹھا ایک بڑی سانگ علی اکبر دی سجے لے گیا امام حسین دا سر اڈائی پھر گیا ایک بڑی اندے لے گیا امام حسین دا سر اڈائی پھر گیا. انہوں نے یقین ہو گیا کہ واقعہ نے امام حسین حضرت علی اکبر دا سر گیا تھے. اے مجھے لمبی ہو جائے تو پریشان تو نہ ہوئے سانگ اچھا بس ایک دو کے نہیں جائیے انشاءاللہ نماز بھی سارے پڑھ سان
ਹੈ, ਲੇਕਿਨ ਇਹ ਰੋਣਾ ਵੀ ਜ਼ਰੂਰ ਹੈ, ਬਹੁਤ ਬੜੀ ਮੁਕਾਨ ਹੈ ਦੇਖ ਪਾਉਂਦੇ। ਉਹ ਜ਼ਾਲਿਮ ਇੱਕ ਜਗ੍ਹਾ ਤੇ ਕਾਫਲਾ ਰੁਕਿਆ ਨਾ, ਉਹ ਅਲੀ ਅਕਬਰ ਦੇ ਨੇੜੇ ਜਦੋਂ ਸਰ ਹੈਗਾ ਅਲੀ ਅਕਬਰ ਦਾ, ਉਹ ਜਿਹੜਾ ਜ਼ਾਲਿਮ ਹੈ ਉਸ ਦੂਸਰੇ ਜ਼ਾਲਿਮ ਨੂੰ ਆਖੇ, ਅੱਗੇ ਬੜੇ ਜ਼ੁਲਮ ਕੀਤੇ ਨੇ ਇਮਾਮ ਹੁਸੈਨ ਤੇ, ਪਰ ਉਹ ਜਿਸਮਾਨੀ ਜ਼ੁਲਮ ਹਨ, ਜਿਹੜਾ ਤਦੇ ਮੈਂ ਅੱਜ ਰੂਹਾਨੀ ਤਕਲੀਫ ਦੇਣਾ ਚਾਹੁੰਦਾ ਇਮਾਮ ਹੁਸੈਨ। ਅਮੀਰ ਬਣ ਕੇ ਨਹੀਂ ਗੱਲ ਇਸ਼ਾਰੇ ਦੇ ਨਾਲ ਚੱਲੋ, ਤਾਂ ਫਿਰ ਅੱਜ ਮੈਂ ਅੱਜ ਇਮਾਮ ਹੁਸੈਨ ਨੂੰ ਰੂਹਾਨੀ ਤਕਲੀਫ ਦੇਣਾ ਚਾਹੁੰਦਾ, ਤਾਂ ਜ਼ਾਲਿਮ ਅੱਗੇ ਹੱਦ ਤਾਂ ਛੋੜੀ ਕੋਈ ਨੀ, ਹੁਣ ਕਿਹੜੀ ਹੋ ਸਕੇ ਨਹੀਂ, ਮੈਂ ਇੱਕ ਵੇਖਣਾ ਜ਼ਰੂਰ ਚਾਹੁੰਦਾ ਕਿ ਕੀ ਆਖੇ। ਮੈਂ ਵੇਖਦਾ ਇਮਾਮ ਹੁਸੈਨ ਦੀ ਅੱਖੀ ਖੁੱਲੀਆਂ, ਮੈਂ ਜਿਹਦੇ ਲਈ ਇੱਕ ਵਾਰ ਤਾਂ ਸਰ ਲੈ ਆਉਣਾ, ਇੱਕ ਮੁਜ਼ਲੂਮ ਉਦਾਂ ਹੀ ਵੇਦੇ, ਜਿਹਦੇ ਲਈ ਇੱਕ ਵਾਰ ਤਾਂ ਸਰ ਲੈ ਆਉਣਾ ਇਹ ਉਦਾਂ ਹੀ ਵੇਦੇ, ਮੈਂ ਅੱਗੇ ਲੈ ਗਿਆ ਸਰ ਉਦਾਂ ਹੀ ਡਿੱਠੇ, ਮੈਂ ਪਿੱਛੇ ਲੈ ਗਿਆ ਸਰ ਉਦਾਂ ਹੀ ਡਿੱਠੇ, ਸੱਜੇ ਖੱਬੇ ਗਿਆ ਸਰ ਉਦਾਂ ਹੀ ਡਿੱਠੇ। ਬਸ ਮੈਂ ਇੱਕ ਰੂਹਾਨੀ ਤਕਲੀਫ ਦੇਣਾ ਚਾਹੁੰਦਾ ਇਸ ਮੁਜ਼ਲੂਮ ਨੂੰ। ਕਾਫਲਾ ਰੁਕਿਆ ਹੀ, ਉਸਨੇ ਅਲੀ ਅਕਬਰ ਦਾ ਸਰ ਸੰਦੂਕ ਵਿੱਚ ਬੰਦ ਕਰ ਚੁੱਕਿਆ, ਲਾਹ ਦੇ ਬਾਅਦ ਇਮਾਮ ਹੁਸੈਨ ਦਾ ਸਰ ਗਾਇਬ ਹੋ ਗਿਆ। ਬੈਠੇ ਹੋ, ਬਾਹਰ ਖੜੇ ਹੋ, ਜਿੱਥੇ ਜਿੱਥੇ ਬੈਠੇ ਹੋ, ਲਾਲੇ ਬਾਦ ਇਮਾਮ ਹੁਸੈਨ ਅਲੈਹ ਸਲਾਮ ਦਾ ਸਰ ਭਾਈਜਾਨ ਗਾਇਬ ਹੋ ਗਿਆ। ਇਹਦੇ ਡੁੱਟਦੇ ਨੇ ਸਰ ਨਹੀਂ ਲੱਭਦਾ, ਇਹਦੇ ਡੁੱਟਦੇ ਨੇ ਸਰ ਨਹੀਂ ਲੱਭਦਾ, ਇਹਦੇ ਡੁੱਟਦੇ ਨੇ ਸਰ ਨਹੀਂ ਲੱਭਦਾ। ਇੱਕ ਸਾਲੇ ਮਾਤਾ ਮੈਨ ਠੂਡਮ ਦਾ ਵੱਲ ਆਉਂਦਾ, ਹੁਣ ਮੈਂ ਦੱਸੋ ਉਸ ਕਿਵੇਂ ਆਖੇ। ਉਹ ਲਗਾ ਹੈ ਜਨਾਬ ਸਜਾਦ ਬੁਲਾ ਦਿਆ, ਦੱਸ ਤੇਰਾ ਬਾਬਾ ਕਿੱਥੇ, ਤੋ ਤੂੰ ਡਰਦੇ ਆ, ਮੈਂ ਨਹੀਂ ਦੱਸਿਆ ਜਿਵੇਂ ਉਸ ਆ ਗਿਆ। ਅਕਬਰ ਦਾ ਸਰ ਤਾਂ ਮੈਂ ਤੈਨੂੰ ਦੱਸਣਾ, ਮੈਂ ਹੱਥ ਬੰਨ ਕੇ ਪਿਆ ਦਾ, ਹਵਾ ਚ ਗੱਲ ਨਾ ਜਾਏ, ਜਿਹੜੇ ਸੰਦੂਕ ਖੋਲੇ ਨੇ ਤੇ ਕਿਆ ਮਤ ਮੰਨਦਾ ਰਹੇ ਜ਼ਰੀ ਭੂ ਜਵਾਨ ਦੀ ਦਾੜੀ ਦਾ ਚੁੱਕਦਾ, ਉਹਦੀਆਂ ਇਕੱਠੀਆਂ ਰੱਖਾ, ਉਹਦੀਆਂ ਇਕੱਠੀਆਂ ਰੱਖਾ, ਇਸ਼ਾਰਾ ਬੜਾ ਔਖਾ ਨਾ ਕਰਾਂ ਤੇ ਇਮਾਮ ਹੁਸੈਨ ਹੀ ਨਰਾਜ਼ ਹੋ ਜਾਵੇ, ਮੇਰਾ ਦੁੱਖ ਤਾਂ ਕਿਉਂ ਨਹੀਂ ਬੜਿਆ। ਹੁਣ ਇਹ ਪਿਓ ਪੁੱਤਰ ਦਾ ਮੂੰਹ ਤੇ ਚੁੰਮਦਾ, ਇਹ ਦੂਰ ਦੂਰ ਕੇ ਥੱਕੇ ਖਲੋਤੇ ਆਏ ਨੇ, ਹੁਣ ਤੁਸੀਂ ਮੇਰੇ ਕੋਲੋਂ ਨਾ ਹੀ ਸੁਣੋ ਤਾਂ ਚੰਗਾ, ਇਸ ਨੇ ਪਿਓ ਨੂੰ ਪੁੱਤਰ ਤੋਂ ਜੁਦਾ ਕਿਵੇਂ ਕੀਤਾ। ਐਂ ਕਰਕੇ ਗਰੀਬ ਦੀਆਂ ਜ਼ੁਲਫਾਂ ਜੱਟ ਪਾਇਆ, ਇਹਦਾ ਹੱਥ ਪਾ ਕੇ ਪਿਓ ਨੂੰ ਪੁੱਤਰ ਤੋਂ ਜੁਦਾ ਕੀਤਾ। ਸਜਾਦ ਰੋ ਕੇ ਅਜੇ ਨੇ ਇੰਜ ਦੱਸਿਆ, ਅੱਗੇ ਤੇਰਾ ਜ਼ਰਬਾ ਨਾਲ ਕੁੱਟ ਹੋਏ ਮੇਰਾ ਮਜ਼ਲੂਮ ਬਾਬਾ। ਬੜਾ ਸੋਹਣਾ ਹਾਲੇ ਮੈਂ ਤਾਂ ਅਲੀ ਅਕਬਰ ਦਾ ਹੁਸਨ ਪਿਆ ਦੱਸਦਾ, ਥੱਕ ਨਾ ਵਜੇ ਹਾਏ। ਪਾਸਾ ਵੀ ਸ਼ਾਮ ਵਿੱਚ ਇੱਕ ਗਿਰਜਾ ਖੁੱਲਿਆ,